ਗੁਜਰਾਤ ਦੇ ਮੋਰਵੀ ਵਿੱਚ ਇੱਕ ਪੁਲ ਦੇ ਟੁੱਟਣ ਨਾਲ 141 ਲੋਕਾਂ ਦੀ ਮੌਤ ਤੋਂ ਇੱਕ ਦਿਨ ਬਾਅਦ ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਔਰੀਵਾ ਦੇ ਅਧਿਕਾਰੀਆਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਦੀ ਪੁਸ਼ਟੀ ਰਾਜਕੋਟ ਰੇਂਜ ਦੇ ਆਈਜੀ ਅਸ਼ੋਕ ਯਾਦਵ ਨੇ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਦੀ ਜਾਂਚ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਇਹ ਵੀ ਹੈ ਕਿ ਕੰਪਨੀ ਦੇ ਸੀਨੀਅਰ ਅਧਿਕਾਰੀ ਪੁਲ ਤੇ ਹਾਦਸਾ ਹੋਣ ਤੋਂ ਬਾਅਦ ਅਲਪਤਾ ਹਨ। ਪੁਲਿਸ ਨੇ ਕੇਵਲ ਪੁਲ ਦੇ ਰੱਖ-ਰਖਾਅ ਅਤੇ ਸੰਚਾਲਨ ਦਾ ਕੰਮ ਦੇਖਣ ਵਾਲੀਆਂ ਏਜੰਸੀਆਂ ਦੇ ਖਿਲਾਫ ਗੈਰ ਇਰਾਦਤਨ ਕਤਲ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ ਭਾਰਤੀ ਦਰਨਾਵਲੀ ਦੀ ਧਾਰਾ 304 ਅਤੇ 308 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਬੀ ਡਿਵੀਜ਼ਨ ਦੇ ਪੁਲਿਸ ਇੰਸਪੈਕਟਰ ਪ੍ਰਕਾਸ਼ ਦੇ ਕਿਵਾੜੀਆ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਮੋਰਵੀ ਸ਼ਹਿਰ ਦੇ ਮੱਛੂ ਨਦੀ ਵਿੱਚ ਬਣਿਆ ਪੁਲ ਤਕਰੀਬਨ 8 ਮਹੀਨਿਆਂ ਤੋਂ ਵਰਤੋਂ ਵਿੱਚ ਨਹੀਂ ਸੀ ਕਿਉਂਕਿ ਸਥਾਨਕ ਪ੍ਰਸ਼ਾਸਨ ਨੇ ਇਸ ਦੀ ਸਾਮ ਸੰਭਾਲ ਇੱਕ ਪ੍ਰਾਈਵੇਟ ਏਜੰਸੀ ਨੂੰ ਸੰਭੀ ਹੋਈ ਸੀ ਪੁਲਿਸ ਮੁਤਾਬਕ ਐਤਵਾਰ ਸ਼ਾਮ ਮੋਰਵੀ ਵਿੱਚ ਮੱਛੂ ਨਦੀ ਤੇ ਇੱਕ ਕੇਵਲ ਪੁਲ ਟੁੱਟਣ ਨਾਲ ਕਟੋ ਕਟ 134 ਲੋਕਾਂ ਦੀ ਮੌਤ ਹੋ ਗਈ ਸੀ ਮੋਰਵੀ ਵਿਭਾਗਣ ਥਾਣੇ ਵਿੱਚ ਐਤਵਾਰ ਰਾਤ ਨੂੰ ਦਰਜ ਕੀਤੀ ਗਈ ਐਫਆਈਆਰ ਵਿੱਚ ਪੁਲਿਸ ਨੇ ਕੇਵਲ 0 ਬ੍ਰਿਜ ਦੇ ਰਾਖਰ ਕਾਤੇ ਪ੍ਰਬੰਧਨ ਲਈ ਜ਼ਿੰਮੇਵਾਰ ਏਜੰਸੀਆਂ ਨੂੰ ਮੁੱਖ ਮੋਲਜਮ ਦਿਖਾਇਆ ਹੈ ਜਿਨ੍ਹਾਂ ਦੇ ਨਾਂ ਜਾਂਚ ਦੌਰਾਨ ਸਾਹਮਣੇ ਆਏ ਹਨ ਭਾਰਤੀ ਦੰਦਾਬਲੀ ਦੀ ਤਾਰਾ 304 ਅਤੇ 308 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ